ਮੈਂ ਲੁਧਿਆਣੇ ਦੇ ਲੋਕਾਂ ਦੀ, ਲੁਧਿਆਣੇ ਦੇ ਵੋਟਰਸ ਦੀ, ਆਪਦੇ ਭੈਣਾਂ ਭਰਾਵਾਂ ਦੀ, ਆਪਦੇ ਬਜ਼ੁਰਗਾਂ ਦੀ ਤੇ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਦੀ ਧੀ ਬਣਾ ਲਿਆ। ਐਂ ਲੱਗਦਾ ਸਦਾ ਤੋਂ ਲੁਧਿਆਣੇ ਦੇ ਵਿੱਚ ਹੈ, ਇੰਨਾ ਮਾਨ ਸਨਮਾਨ ਅਤੇ ਇੰਨਾ ਪਿਆਰ ਦਿੱਤਾ ਲੁਧਿਆਣਾ ਨਿਵਾਸੀਆਂ ਨੇ। ਮੈਮ ਕਿਵੇਂ ਦੇਖ ਰਹੇ ਹੋ ਇਸ ਵਾਰ ਜਿਹੜਾ ਤੁਹਾਡਾ ਇੱਕ ਪਰਿਵਾਰ ਸੀ, ਰਵਨੀਤ ਸਿੰਘ ਬਿੱਟੂ ਹੋਣੀ ਤੁਹਾਡੇ ਨਾਲ ਸੀ, ਤੁਸੀਂ ਉਹਨਾਂ ਨੂੰ ਜਿਤਾਉਣਾ ਸੀਗਾ ਇਸ ਵਾਰ, ਪਰ ਜਿਸ ਤਰ੍ਹਾਂ ਉਹਨਾਂ ਨੇ ਦਰ ਬਦਲੂ ਕੀਤੀ ਤਾਂ ਕਿਸ ਤਰ੍ਹਾਂ ਦੇਖ ਲਓ ਰਾਜੇ ਬਣੇ ਹੋਣੇ ਸਾਹਮਣੇ ਇਸ ਵਾਰ ਮੁਕਾਬਲਾ ਕਿਸ ਤਰ੍ਹਾਂ ਦਾ? ਗੱਲ ਇਹ ਹੈ, ਇਹ ਕੋਈ ਮੁਕਾਬਲਾ ਨਹੀਂ ਗਾ। ਜਦੋਂ ਤੁਹਾਨੂੰ ਕੋਈ ਪਰਿਵਾਰ ਦਾ ਬੰਦਾ ਧੋਖਾ ਦੇ ਕੇ ਚਲਾ ਜਾਵੇ, ਜਦੋਂ ਤੁਹਾਨੂੰ ਕੋਈ ਪਰਿਵਾਰ ਦਾ ਬੰਦਾ ਧੋਖਾ ਦੇ ਕੇ ਸਾਰਾ ਕੁਛ ਪਰਿਵਾਰ ਤੋਂ ਲੈ ਕੇ ਰਾਜ ਭਾਗ ਤਿੰਨ ਪੁਸ਼ਤਾਂ ਤੋਂ ਲੈ ਕੇ ਤੁਹਾਨੂੰ ਧੋਖਾ ਦੇ ਜੇ ਨਾ, ਫਿਰ ਉਸ ਵੇਲੇ ਇਹ ਨੇਕੀ ਤੇ ਬਦੀ ਦੀ ਲੜਾਈ ਬਣ ਜਾਂਦੀ ਹੈ। ਫਿਰ ਉਸ ਵੇਲੇ ਪਰਿਵਾਰ ਦੇ ਉਸ ਮੈਂਬਰ ਨੂੰ ਸਹੀ ਚਿਹਰਾ ਤੇ ਸਹੀ ਸ਼ੀਸ਼ਾ ਵਿਖਾਉਣਾ ਪਰਿਵਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਮੈਂ ਜਿੰਨੇ ਵੋਟਰਸ ਹੈ, ਮੈਂ ਸਾਰੇ ਵੋਟਰ ਸਾਹਿਬਾਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਧੋਖਾ ਸਮਾਜ ਦੇ ਨਾਲ ਹੁੰਦਾ, ਜਦੋਂ ਇਸ ਤਰ੍ਹਾਂ ਦਾ ਧੋਖਾ ਵੋਟਰਸ ਦੇ ਨਾਲ ਹੁੰਦਾ, ਭਾਈ ਤੁਸੀਂ ਸਭ ਨੇ ਅੱਜ ਜਿੰਨੇ ਲੀਡਰਸ ਪਾਰਟੀਆਂ ਛੱਡ ਛੱਡ ਭੱਜੀ ਜਾਂਦੇ, ਔਰ ਜਿਸ ਤਰ੍ਹਾਂ ਰਵਨੀਤ ਬਿੱਟੂ ਬਾਈ ਸਾਡੇ ਤਾਂ ਵੱਡੇ ਵੀਰ ਹੈ, ਵੱਡੇ ਵੀਰ ਮੰਨਿਆ ਸੀ ਅਸੀਂ ਤਾਂ, ਪਰ ਜਿਵੇਂ ਉਹ ਧੋਖਾ ਦੇ ਕੇ ਗਏ ਹੈ, ਮੈਂ ਸਾਰੇ ਵੋਟਰ ਸਾਹਿਬਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਇੱਕ ਐਸਾ ਅਸਲੀ ਚਿਹਰਾ ਦਿਖਾਓ ਅਤੇ ਇੰਨੀ ਭਾਰੀ ਬਹੁਮਤ ਰਾਜਾ ਵੜਿੰਗ ਜੀ ਨੂੰ ਦਵਾਓ ਕਿ ਅੱਗੇ ਤੋਂ ਜਦੋਂ ਕੋਈ ਲੀਡਰ ਪਾਰਟੀ ਬਦਲੇ, ਉਹ ਸੁਪਨੇ 'ਚ ਵੀ ਇਹ ਸੋਚ ਨਾ ਸਕੇ ਮੈਂ ਪਾਰਟੀ ਬਦਲਣੀ ਹੈ।